ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਆਪਣਾ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰੋ, ਪੇਟੀਐਮ ਕਰੋ ਜਾਂ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ, ਪਰ ਕੈਸ਼ ਔਨ ਡਿਲੀਵਰੀ ਨੂੰ ਅਵੋਇਡ ਕਰਿਓ। ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ, ਜੋ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ, ਤੁਹਾਨੂੰ ਇੱਕ ਨੰਬਰ ਦੇਵਾਂਗੇ, ਪੇਮੈਂਟ ਪਾਇਓ, ਐਡਰੈਸ ਭੇਜਿਓ, ਸੂਟ ਤੁਹਾਡੇ ਘਰ ਪਹੁੰਚ ਜੂਗਾ। ਇਸ ਤੋਂ ਇਲਾਵਾ ਕੋਈ ਸ਼ਿਪਿੰਗ ਚਾਰਜਸ ਨਹੀਂ ਹੈਗੇ, ਜੋ ਵੀ ਪ੍ਰਾਈਸ ਇੱਥੇ ਬੋਲੀ ਜਾਊਗੀ ਉਹੀ ਤੁਸੀਂ ਔਨਲਾਈਨ ਪੇਮੈਂਟ ਕਰਨੀ ਹੋਊਗੀ, ਠੀਕ ਹੈ ਜੀ। ਲਓ ਜੀ ਹੁਣ ਆਪਾਂ ਕਰਦੇ ਹਾਂ ਅੱਜ ਆਪਣੀ ਵੀਡੀਓ ਦੀ ਸਟਾਰਟਿੰਗ। ਹੁਣ ਥੋੜ੍ਹੇ ਜਿਹੇ ਮੌਸਮ ਜਿਵੇਂ ਜਿਵੇਂ ਚੇਂਜ ਹੋ ਰਿਹਾ ਅਤੇ ਉਸ ਦੇ ਅਕੋਰਡਿੰਗਲੀ ਆਪਾਂ ਸਟਾਫ ਹੈ ਥੋੜ੍ਹਾ ਚੇਂਜ ਕਰਦੇ ਜਾਵਾਂਗੇ। ਸੋ ਪਹਿਲਾਂ ਜਿਹੜਾ ਸੂਟ ਹੈ, ਲਓ ਜੀ ਇਹ ਮਿਲੂਗੀ ਤੁਹਾਨੂੰ ਕੋਟਨ ਦੀ ਸਲਵਾਰ। ਮੈਂ ਦਿਖਾਉਣੀ ਸਕਿਨ ਕਲਰ ਦੀ 2.5 ਮੀਟਰ ਦੀ, ਰੰਗ ਦਾ ਫਰਕ ਆਉਂਦਾ, ਫਿੱਕੀ ਆਉਂਦੀ ਹੈ, ਫਿੱਕੀ ਆਉਂਦੀ ਹੈ, ਇਹ ਚ ਫਿੱਕੀ ਆ। ਅੱਛਾ, ਲਓ ਜੀ ਸਕਿਨ ਕਲਰ ਦੀ ਬਿਲਕੁਲ ਕੋਟਨ ਦੀ ਮਿਲੂਗੀ ਤੁਹਾਨੂੰ ਸਲਵਾਰ, ਬਿਲਕੁਲ ਕੋਟਨ ਦੀ, ਠੀਕ ਹੈ। ਇਹ ਵਾਲਾ ਕਲਰ ਹੈ, ਸਹੀ ਆ ਰਿਹਾ ਕਿਤੇ ਕਿ ਨਹੀਂ? ਥੋੜਾ ਜਿਹਾ ਫਿੱਕੀ ਆ, ਚਲੋ ਜੋ ਵੀ ਹੈ ਗੋਲਡਨ ਜਿਹਾ ਕਲਰ ਆਉਂਦਾ। ਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਸ਼ਰਟ, ਸ਼ਰਟ ਹੈ ਜਿਹੜਾ ਉਹ ਐਵੇਂ ਬਿਲਕੁਲ ਪਿਓਰ ਨਹੀਂ ਹੈਗਾ, ਥੋੜ੍ਹਾ ਜਿਹਾ ਮਿਕਸ ਹੈ ਵਿੱਚ ਇਹਦੇ, ਬਹੁਤ ਸੋਹਣਾ ਜਿਹਾ ਸੂਟ ਹੈ, ਪ੍ਰਿੰਟਡ 2.5 ਮੀਟਰ ਦਾ ਮਿਲੂਗਾ ਸ਼ਰਟ ਔਰ 2.5 ਮੀਟਰ ਦੀ ਮਿਲੂਗੀ ਤੁਹਾਨੂੰ ਇਹਦੇ ਨਾਲ ਸਲਵਾਰ, ਠੀਕ ਹੈ। ਬਹੁਤ ਪਿਆਰਾ ਜਿਹਾ ਪ੍ਰਿੰਟ ਹੈ, ਬਲੈਕ ਕਲਰ ਦੇ ਉੱਪਰ ਹੈਗਾ, ਅਤੇ ਪ੍ਰਾਈਸ ਰੇਂਜ ਇਹ ਸੋਹਣੇ ਜਿਹੇ ਸੂਟ ਦੀ ਰਹੂਗੀ ਸਿਰਫ ਅਤੇ ਸਿਰਫ 900 ਰੁਪਏ। ਲਓ ਜੀ ਅਗਲਾ ਸੂਟ, ਇਹ ਤਾਂ ਥੋੜ੍ਹਾ ਜਿਹਾ ਕਲਰ ਦਾ ਫਰਕ ਹੈ ਸਲਵਾਰ ਦਾ, ਕੋਟਨ ਦੀ 2.5 ਮੀਟਰ ਦੀ ਸਲਵਾਰ, ਠੀਕ ਹੈ ਜੀ। ਅਤੇ ਨੇਵੀ ਬਲੂ ਕਲਰ ਹੈ, ਇਹ ਨੀਲਾ ਕਲਰ ਜਿਹਨੂੰ ਕਹਿ ਦਿੰਦੇ ਹਾਂ, ਪੂਰਾ ਨੀਲਾ ਕਹਿ ਦਿੰਦੇ ਹਾਂ। ਸਹੀ ਹੈ, ਲਓ ਇਹ ਵਾਲਾ ਮਿਲੂਗਾ ਇਹਦੇ ਨਾਲ ਸ਼ਰਟ, ਸ਼ਰਟ ਬਿਲਕੁਲ ਕੋਟਨ ਨਹੀਂ ਹੈਗਾ, ਵਿੱਚ ਮਿਕਸ ਹੈ, ਠੀਕ ਹੈ। ਅਤੇ ਵੈਸੇ ਸ਼ਾਇਦ ਇੱਦਾਂ ਕਦੇ ਤੋਂ ਪਤਾ ਹੀ ਲੱਗ ਜੇ ਇੱਦਾਂ ਕਦੇ ਸਟੱਫ ਦਾ, ਬਿਲਕੁਲ ਕੋਟਨ ਨਹੀਂ ਹੈਗਾ, ਠੀਕ ਹੈ। ਬਹੁਤ ਸੋਹਣਾ ਸੂਟ ਹੈ, ਲਾਈਨਿੰਗ ਲਾਉਣੀ ਆ ਨਹੀਂ ਲਾਉਣੀ ਉਹ ਤੁਹਾਡੀ ਮਰਜ਼ੀ ਆ, ਪਰ ਬਿਨਾਂ ਲਾਈਨਿੰਗ ਤੋਂ ਵੀ ਬਣ ਜੂਗਾ, ਠੀਕ ਹੈ ਜੀ। ਔਰ ਪ੍ਰਗਤੀ ਬ੍ਰਾਂਡ ਦਾ ਇਹ ਸੂਟ ਹੈ, ਠੀਕ ਹੈ। ਪ੍ਰਾਈਸ ਰੇਂਜ ਹੋਊਗੀ 900, 900 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਇਹ ਸੂਟ। ਲਓ ਇਹ ਵਾਲਾ ਸੂਟ ਹੈ ਜਿਹੜਾ ਬਲੈਕ ਕਲਰ ਦੇ ਵਿੱਚ ਹੈ ਔਰ ਡੋਟਸ ਵਾਲਾ ਸੂਟ ਹੈ, ਮਸਲੀਨ ਕੋਟਨ ਹੈ ਜਿਹੜੀ ਸ਼ਰਟ ਹੈਗੀ ਹੈ, ਮਸਲੀਨ ਕੋਟਨ ਹੈ, ਬਹੁਤ ਫਾਈਨ ਜੀ, ਬਹੁਤ ਸੋਹਣਾ ਲੱਗਦਾ, ਬਿਲਕੁਲ ਪਿਓਰ ਕੋਟਨ ਨਹੀਂ ਹੈਗੀ। ਲਓ ਪੂਰਾ ਸੂਟ ਹੈ ਜਿਹੜਾ ਇੱਦਾਂ ਡੋਟ ਡੋਟ ਮਿਲਣਗੇ ਤੁਹਾਨੂੰ, ਬਰੀਕ ਬਰੀਕ ਵਾਈਟ ਵਾਈਟ ਕਲਰ ਦੇ, ਬਲੈਕ ਕਲਰ ਦਾ ਪੂਰਾ ਸੂਟ ਹੈ, ਜ਼ੈੱਡ ਬਲੈਕ ਕਲਰ ਹੈ ਔਰ ਉਹਦੇ ਵਿੱਚ ਵਾਈਟ ਕਲਰ ਦੇ ਡੋਟਸ ਨੇ, ਠੀਕ ਹੈ। ਮੈਨੂੰ ਲੱਗਦਾ ਇਹ ਵੱਡੇ ਵਰਦ ਦਾ ਲੱਗਦਾ, ਵੱਡੇ ਵਰਦ ਹੈ ਹਨਾ, ਮੈਂ ਨਾਪ ਲਾਉਂਦੀ ਇੱਕ ਵਾਰੀ, ਵੱਡ ਵੱਡਾ ਐਂ ਬਣੂਗਾ ਕਮੀਜ਼, ਡੇਢ ਮੀਟਰ ਦਾ ਵਾਰਾ ਹੈ, ਡੇਢ ਮੀਟਰ ਹੈ, ਡੇਢ ਥੋੜ੍ਹਾ ਜਿਹਾ ਡੇਢ ਤੋਂ ਘੱਟ ਹੈ, ਪਰ ਐਂ ਵੀ ਸ਼ਰਟ ਥੋੜ੍ਹਾ ਇੱਦਾਂ ਹੀ ਐਂ ਬਣਦੀ ਹੈ, ਐਂ ਬਣ ਕੇ ਤਾਂ ਬਣੂਗਾ,
ਦੇਖ ਲੈਣਾ ਹਾਂ, ਫੋਲਡ ਕਰਕੇ ਪਤਾ ਲੱਗ ਜੂ ਸਾਰੀਆਂ ਭੈਣਾਂ ਨੂੰ। ਆਹ ਵੇਖ ਨਾ ਕਿੰਨਾ ਬਣਦਾ ਘੇਰਾ, ਬਹੁਤ ਲਓ ਜੀ 28 ਤੱਕ ਹੈ। ਠੀਕ ਹੈ, ਫੋਲਡ ਕਰਕੇ ਤੁਹਾਡਾ ਬਣ ਜੂਗਾ। 3.5 ਮੀਟਰ ਕੱਪੜਾ ਜੀ, ਵੱਡੇ ਵਾਰ ਵਾਲਾ 3.5 ਨਹੀਂ ਦਿੰਦੇ ਆ। ਅੱਛਾ, ਤੇ ਵਾਰੇ ਦਾ ਹੈਗਾ ਵੱਡਾ। ਜੇ ਤੁਹਾਡਾ ਘੇਰਾ 28 ਹੈ, 28 ਤੱਕ ਮਤਲਬ ਮੋੜ ਕੇ ਹੋ ਜਾਂਦਾ, ਤੇ ਤੁਸੀਂ ਉਹਦੇ ਅਕੋਰਡਿੰਗਲੀ ਦੇਖ ਲਿਓ ਆਪਦਾ ਤੁਹਾਡਾ ਘੇਰਾ ਕਿੰਨਾ। ਜਦੋਂ ਆਪਾਂ ਐਂ ਫੋਲਡ ਕਰਦੇ ਹਾਂ ਤਾਂ 28 ਹੁੰਦਾ। ਠੀਕ ਹੈ, ਔਰ ਬਹੁਤ ਸੋਹਣਾ ਸਟੱਫ ਹੈ, ਬਹੁਤ ਜ਼ਿਆਦਾ ਸੋਹਣਾ। ਜਿਵੇਂ ਮਰਜ਼ੀ ਧੋਇਓ ਅਤੇ ਪਾਇਓ, ਇਹਨੂੰ ਕੁਛ ਨਹੀਂ ਹੁੰਦਾ। ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਸਟੱਫ ਹੀ ਇਹੋ ਜਿਹਾ। ਇਹ ਹੈਗਾ ਜੀ ਇਹਦੇ ਨਾਲ ਟਾਈਡ ਆਈ ਦਾ ਦੁਪੱਟਾ। ਹਾਂ, ਠੀਕ ਹੈ, ਆਹ ਬਲੜਾਂ 'ਤੇ ਲੱਗੀ ਹੋਈ ਹੈ ਇੱਦਾਂ ਪੱਟੀ, ਔਰ ਫਿਰ ਇਹਦੇ ਵਿਚਕਾਰ ਲੱਗੀ ਹੋਈ ਹੈ ਕੋਟੇ ਦਾ ਦੁਪੱਟਾ, ਬਹੁਤ ਸੋਹਣਾ ਸੋਫਟ ਸੂਟ ਦੇ ਨਾਲ ਦੀ ਲੱਗੀ, ਬਹੁਤ ਪਿਆਰਾ। ਫਿਰ ਇੱਧਰ ਆਹ ਕੋਰਨਰ 'ਤੇ ਵੀ ਇਹਦੇ ਇੱਦਾਂ ਵਰਕ ਹੋਇਆ ਹੈ। ਠੀਕ ਹੈ, ਟਾਈ ਐਂਡ ਡਾਈ ਦਾ ਦੁਪੱਟਾ, ਅਤੇ ਪ੍ਰਾਈਸ ਰੇਂਜ ਸਿਰਫ ਅਤੇ ਸਿਰਫ 1250 ਰੁਪਏ। 1250 ਦੇ ਵਿੱਚ ਇੰਨਾ ਸੋਹਣਾ ਸੂਟ ਆ ਇਹ, ਤੁਸੀਂ ਯਕੀਨ ਮੰਨਿਓ, ਬਹੁਤ ਜ਼ਿਆਦਾ ਸੋਹਣਾ ਸਟੱਫ ਹੈ। ਕਈ ਸਟੱਫ ਇਹੋ ਜਿਹੇ ਹੁੰਦੇ ਆ ਵੀ ਜਿਹਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਨੂੰ ਕੁਛ ਹੀ ਨਹੀਂ ਹੁੰਦਾ। ਲਓ ਜੀ ਅਗਲਾ ਸੂਟ ਦੇਖੋ ਤੁਸੀਂ, ਇਹ ਹੈਗਾ ਰੀਵਾ ਦੇ ਵਿੱਚ, ਮਸਲੀਨ 'ਤੇ ਬਣਿਆ ਹੋਇਆ ਸੂਟ ਹੈ, ਰੀਵਾ ਬ੍ਰਾਂਡ ਦਾ ਸੂਟ ਹੈ। ਲਓ, ਬਹੁਤ ਪਿਆਰਾ ਜਿਹਾ ਪ੍ਰਿੰਟ ਹੈ, ਇੱਦਾਂ ਕਰਕੇ ਆਊਗਾ ਇਹਦਾ ਪ੍ਰਿੰਟ। ਆ ਲਓ, ਬਹੁਤ ਸੋਹਣਾ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹਦਾ। ਕਲਰ ਫਰੋਜ਼ੀ ਵੀ ਨਹੀਂ ਹੈਗਾ, ਜ਼ਿਆਦਾ ਫਰੋਜ਼ੀ ਨਹੀਂ ਹੈ, ਤਾਂ ਫਰੋਜ਼ੀ ਵਾਲੀ ਟੋਨ 'ਤੇ, ਪਰ ਕੋਈ ਡਾਰਕ ਵਾਲਾ ਫਰੋਜ਼ੀ ਨਹੀਂ ਹੈਗਾ, ਮਿੱਠਾ ਜਿਹਾ ਹੀ ਹੈ। ਠੀਕ ਹੈ, 5 ਮੀਟਰ ਦਾ ਮਿਲੂਗਾ ਸੂਟ ਤੁਹਾਨੂੰ, ਅਤੇ ਲਓ ਇਹ ਮਿਲੂਗਾ ਮਸਲੀਨ ਦਾ ਹੀ ਦੁਪੱਟਾ ਨਾਲ, ਬਹੁਤ ਸੋਹਣਾ ਦੁਪੱਟਾ। ਠੀਕ ਹੈ, ਆ ਬਹੁਤ ਸੋਹਣਾ ਦੁਪੱਟਾ, ਅਤੇ ਪ੍ਰਾਈਸ ਰੇਂਜ ਸੋਹਣੇ ਜਿਹੇ ਸੂਟ ਦੀ ਰਹੂਗੀ ਸਿਰਫ 1650 ਰੁਪਏ। ਅਤੇ ਅਗਲਾ ਸੂਟ ਆ ਜਿਹੜਾ, ਇਹ ਵੀ ਇਹਦੇ ਨਾਲ ਦਾ ਹੀ ਹੈ, ਰੀਵਾ 'ਤੇ ਹੀ ਆ ਵੀ, ਰੀਵਾ 'ਤੇ ਨਹੀਂ ਰੀਵਾ ਦਾ, ਅਤੇ ਕਲਰ ਦੋਨਾਂ ਦੇ ਬਹੁਤ ਸੋਹਣੇ ਆ ਆਪਦੀ ਆਪਦੀ ਥਾਂ 'ਤੇ। ਇਹਦਾ ਪ੍ਰਿੰਟ ਇਸ ਤਰ੍ਹਾਂ ਆਊਗਾ, ਆ ਲਓ, ਇੰਨਾ ਸਟੱਫ ਸੋਹਣਾ ਹੈ, ਮਲਾਈ ਵਰਗਾ ਹੈ, ਮਖਮਲ ਵਰਗਾ। ਰੀਵਾ ਬ੍ਰਾਂਡ ਦੇ ਵਿੱਚ ਤੁਹਾਨੂੰ ਪਸ਼ਮੀਨਾ ਵੀ ਦਿੱਤਾ ਸੀ, ਅਤੇ ਹੁਣ ਆਪਾਂ ਰੀਵਾ ਬ੍ਰਾਂਡ ਦੇ ਵਿੱਚ ਤੁਹਾਨੂੰ ਮਸਲੀਨ ਦਿਖਾ ਰਹੇ ਹਾਂ। ਕਲਰ ਗ੍ਰੇ ਆ, ਲਾਈਟ ਜਿਹਾ ਗ੍ਰੇ, ਸ਼ਾਇਦ ਸਹੀ ਆ ਰਿਹਾ ਹੋਣਾ, ਅਤੇ ਤੁਸੀਂ ਫਟਾਫਟ ਲੈ ਸਕਦੇ ਹੋ ਇਹਨੂੰ। ਆਪਣੇ ਕੋਲ ਰੀਵਾ ਬ੍ਰਾਂਡ ਦੇ ਅੱਜ 2 ਹੀ ਸੂਟ ਹੈ, ਇੰਨੇ ਪਿਆਰੇ, ਇੰਨੇ ਦੁਪੱਟਾ ਕਿੰਨਾ ਸੋਹਣਾ ਹੈ, ਇੰਨਾ ਸੂਦਿੰਗ ਜਿਹਾ ਕਲਰ ਹੈ, ਬਹੁਤ ਜ਼ਿਆਦਾ ਲਾਈਟ ਡਾਰਕ ਜੀ, ਬਹੁਤ ਸੋਹਣੇ ਪ੍ਰਿੰਟ ਜੀ ਵਿੱਚ ਇਹਦੇ, ਵਿੱਚ ਫਿੱਕਾ ਜਿਹਾ ਪ੍ਰਿੰਟ ਵੀ ਹੈ। ਠੀਕ ਹੈ, ਪ੍ਰਾਈਸ ਰੇਂਜ ਦੋਨਾਂ ਦੀ ਸੇਮ ਰਹੂਗੀ, 1650 ਰੁਪਏ। ਠੀਕ ਹੈ ਜੀ, ਅਤੇ ਅਗਲਾ ਸੂਟ, ਪਹਿਲਾਂ ਤੁਹਾਨੂੰ ਇੱਕ ਹੈਂਡ ਵਰਕ ਦਾ ਸੂਟ ਦਿਖਾਵਾਂ ਮੈਂ। ਲਓ, ਇੰਨੀ ਫਾਈਨ ਕੋਟਨ ਹੈ ਇਹ, ਇੰਨੀ ਜ਼ਿਆਦਾ ਫਾਈਨ ਕੋਟਨ ਹੈ, ਮੈਰੂਨ ਕਲਰ ਦਾ ਸੂਟ ਹੈ, ਅਤੇ ਪਿਆਰੀ ਜੀ ਕੋਟਨ ਹੈ, ਕੋਟਨ ਕੋਈ ਐਂ ਨਹੀਂ ਹੈ ਵੀ ਬਹੁਤ ਜ਼ਿਆਦਾ, ਬਿਲਕੁਲ ਹੀ ਕੋਟਨ ਹੈ, ਥੋੜ੍ਹਾ ਜਿਹਾ ਮਿਕਸ ਹੈ ਵਿੱਚ ਇਹਦੇ, ਪਰ ਬਹੁਤ ਸੋਹਣੀ ਹੈ। ਅਤੇ ਆਹ ਵਾਲਾ ਇਹਦੇ ਹੋਇਆ ਹੋਇਆ ਹੈਂਡ ਵਰਕ, ਆ ਲਓ, ਘੇਰੇ ਦਾ ਵਰਕ ਹੈ ਇਹ, ਇੱਕ ਸਾਈਡ 'ਤੇ ਛੋਟਾ ਜਿਹਾ ਫੁੱਲ ਬਣਿਆ ਹੋਇਆ। ਠੀਕ ਹੈ, ਘੇਰਾ ਨਾਪ ਦੇਣੀ ਹੈ ਤੁਹਾਨੂੰ ਇਹਦਾ, ਵੈਸੇ ਘੇਰੇ ਦਾ ਐਡਾ ਕੋਈ ਬਾਹਲਾ ਚੱਕਰ ਪੈਣ ਵਾਲਾ ਹੈ ਨਹੀਂ ਇਹਦਾ, ਕਿਉਂਕਿ ਘੇਰੇ ਦਾ ਬਾਰਡਰ ਦਾ ਕੋਈ ਵਰਕ ਨਹੀਂ ਹੈਗਾ, 21 ਤੱਕ ਤਾਂ ਜਮੀ ਇੱਥੋਂ ਐਂਡ ਟੂ ਐਂਡ ਰੈਡੀ ਹੈ, ਪਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਇੱਧਰ ਉੱਧਰ ਕਰ ਸਕਦੇ ਹੋ, 23 ਸਾਢੇ 23 ਤੱਕ ਲਿਜਾ ਸਕਦੇ, ਕੋਈ ਐਡੇ ਚੱਕਰ ਵਾਲੀ ਹੁੰਦੀ ਹੈ ਜੀ।
ਤੇ ਆ ਹੈਗਾ ਜੀ ਇਹਦਾ ਬਾਜੂ ਦਾ ਵਰਕ, ਛੋਟੀ ਛੋਟੀ ਬੂਟੀ ਇਹਦੇ ਬਾਜੂ ਤੇ ਆਊਗੀ, ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਰੇਂਜ ਹੈਂਡ ਵਰਕ ਦਾ ਸੂਟ ਹੈ ਜੀ ਇਹ, ਪ੍ਰਾਈਸ ਰੇਂਜ ਰਹੂਗੀ 1500। ਅਗਲਾ ਸੂਟ ਦਿਖਾਉਣੀ ਹੈ ਤੁਹਾਨੂੰ, ਬੇਬੀ ਪਿੰਕ ਕਲਰ ਆ ਔਰ ਨੈਚੁਰਲ ਕਰੇਪ ਤੇ ਬਣਿਆ ਹੋਇਆ ਸੂਟ ਆ, ਪਰ ਸਾਰੇ ਨਾ ਹੋਣਗੇ ਹੁਣ ਇਹ ਲੋ। ਐਕਚੁਲੀ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੀ, ਇਹ ਮੈਥੋਂ ਕਿਸੇ ਭੈਣ ਨੇ ਰਖਾ ਲਿਆ ਸੀ, ਤੁਹਾਨੂੰ ਪਤਾ ਮੈਂ ਭੁੱਲ ਭੁੱਲ ਜਾਂਦੀ ਹੁੰਦੀ ਕਈ ਵਾਰੀ, ਮੈਂ ਤੁਹਾਨੂੰ ਰਖਾ ਲਿਆ ਹਾਂ, ਮੈਨੂੰ ਇਹ ਯਾਦ ਨਹੀਂ ਵੀ ਕਿਹਨੇ ਰਖਾਇਆ ਸੀ, ਔਰ ਅਗਲੀ ਨੇ ਵੀ ਮੈਥੋਂ ਪੁੱਛਿਆ ਹੀ ਨਹੀਂ ਆ ਮੁੜ ਕੇ, ਅਤੇ ਪਿਆਜ ਆਪਾਂ ਕੱਢ ਲਿਆ ਠੀਕ ਹੈ। ਹੁਣ ਕਮ ਸੇ ਕਮ ਉਹ ਭੈਣ ਤਾਂ ਮੈਨੂੰ ਹੁਣ ਦੁਬਾਰਾ ਨਾ ਪੁੱਛੇ ਰਖਾਵੇ ਨਾ, ਮੈਂ ਹੁਣ ਰੱਖਣਾ ਨਹੀਂ ਹੈ ਜੀ, ਬਸ ਜਿਹੜਾ ਪੇਮੈਂਟ ਪਾ ਦਿਆ ਕਰੂੰ ਮੈਂ ਫਟਾਫਟ ਉਹਦੇ ਲਈ ਸੂਟ ਰੱਖ ਦਿਆ ਕਰੂੰ। ਜੇ ਤੁਸੀਂ ਵੇਟ ਕਰਾਉਂਦੇ ਹੁੰਦੇ ਹੋ ਵੀ ਅਸੀਂ ਠਹਿਰ ਕੇ ਪਾਉਣੇ ਹਾਂ ਤਾਂ ਅਗਲੇ ਦਿਨ ਮੈਥੋਂ ਪੁੱਛ ਲਿਆ ਕਰੋ, ਮੇਰੇ ਨਾਲ ਇੱਦਾਂ ਹੀ ਹੋ ਗਿਆ ਅੱਗੇ। ਲਓ ਜੀ 43 ਤੱਕ ਤਾਂ ਇਹ ਹੈਗਾ ਹੀ ਆ, 43 ਤੋਂ ਵੱਧ ਵੀ ਬਣ ਸਕਦਾ। ਨੈਚੁਰਲ ਕਰੇਪ ਬੇਬੀ ਪਿੰਕ ਬਹੁਤ ਜ਼ਿਆਦਾ ਸੋਹਣਾ ਕਲਰ ਹੈ, ਬਹੁਤ ਹੀ ਜ਼ਿਆਦਾ ਠੀਕ ਹੈ। ਇਸ ਤਰ੍ਹਾਂ ਨੀਚੇ ਵੀ ਇਹਦੇ ਬਹੁਤ ਪਿਆਰਾ ਜਿਹਾ ਵਰਕ ਹੋਇਆ ਵਾ, ਅਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇਹਦਾ ਬਾਜੂ ਦਾ ਵਰਕ। ਆ ਲਓ ਇਹ ਹੈਗਾ ਇਹਦਾ ਬਾਜੂ ਵਰਕ ਠੀਕ ਹੈ, ਲਸ਼ ਲਸ਼ ਕਰਦਾ ਸੂਟ ਹੈ, ਅਤੇ ਪ੍ਰਾਈਸ ਰੇਂਜ ਕੁਛ ਵੀ ਨਹੀਂ ਹੈਗੀ, ਸਿਰਫ 1500 ਰੁਪਏ। 1500 ਦੇ ਵਿੱਚ ਨੈਚੁਰਲ ਕਰੇਪ ਦਾ ਬਹੁਤ ਸੋਹਣਾ ਜਿਹਾ ਸੂਟ ਤੁਹਾਨੂੰ ਦੇ ਦੇਣਾ, ਪਰ ਹੁਣ ਮੈਥੋਂ ਪਲੀਜ਼ ਰਖਾਇਓ ਨਾ, ਜਿਹਨੇ ਲੈਣਾ ਲੈ ਲਿਓ ਠੀਕ ਹੈ, ਫਿਰ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਬਾਅਦ 'ਚ। ਲਓ ਇੱਕ ਸੂਟ ਹੋਰ ਹੈ, ਔਰ ਡੁਪਿਨ ਸਿਲਕ, ਬਹੁਤ ਸੋਹਣੀ ਵਾਲੀ ਸਿਲਕ ਜਿਹਨੂੰ ਡੁਪਿਨ ਸਿਲਕ ਕਹਿੰਦੇ ਆ, ਔਰ ਇਹਦੇ ਉੱਪਰ ਹੈਂਡ ਵਰਕ ਵੀ ਕਾਫੀ ਹੋਇਆ ਵਿਆ, ਆਹ ਦੇਖੋ ਇੱਥੇ ਵੀ ਮੋਤੀ ਵਰਕ, ਬਹੁਤ ਪਿਆਰਾ ਸੂਟ ਹੈ। ਵਾਈਨ ਜਿਹਾ ਸ਼ੇਡ ਹੈ ਇਹਨੂੰ, ਆਪਾਂ ਮਹਿਰੂਨ ਨਹੀਂ ਕਹਿੰਦੇ, ਵਾਈਨ ਸ਼ੇਡ ਹੈ, ਬਹੁਤ ਪਿਆਰਾ ਵਰਕ ਹੋਇਆ ਵਿਆ, ਇਹਦੇ 'ਤੇ ਪੈਚ ਲੱਗੇ ਹੋਏ ਨੇ ਔਰ ਹੈਂਡ ਦਾ ਕਾਫੀ ਕੰਮ ਹੋਇਆ ਵਿਆ, ਜ਼ਿਆਦਾਤਰ ਇਹਦੇ 'ਚ ਹੈਂਡ ਵਰਕ ਦਾ ਕੰਮ ਹੋਇਆ ਵਿਆ, ਆਹ ਮੋਤੀ ਮੋਤੀ ਲੱਗੇ ਸਾਰੇ ਹੈਂਡ ਦੇ ਆ ਠੀਕ ਹੈ ਜੀ। ਇਕੱਲੇ ਮੋਤੀ ਨਹੀਂ ਆ, ਦੂਜਾ ਵੀ ਲੱਗਿਆ ਵਿਆ, ਦਬਕਾ ਦੁਬਕਾ ਸਾਰਾ ਕੁਛ ਦਬਕਾ ਲੱਗਿਆ, ਕਾਫੀ ਸੋਹਣਾ ਸੂਟ ਹੈ ਅਤੇ ਵਾਈਨ ਕਲਰ ਦਾ ਸੂਟ ਹੈ, ਬਸ ਵਰਕ ਇਹਦੇ ਇਕੱਲਾ ਘੇਰੇ 'ਤੇ ਹੀ ਹੋਇਆ ਵੇ, ਹੋਰ ਕਿਤੇ ਨਹੀਂ ਵਰਕ ਇਹਦੇ, ਬਾਜੂ ਆ ਹੈਗਾ, ਬਾਜੂ 'ਤੇ ਵੀ ਵਰਕ ਹੈਗਾ, ਮੈਂ ਬਾਜੂ ਪਤਾ ਨਹੀਂ ਲੱਗਿਆ ਮੈਨੂੰ ਇਹਦਾ, ਪੈਚ ਲੱਗੇ ਹੋਏ ਨੇ ਇਹਦਾ ਔਰ ਉੱਪਰ ਹੈਂਡ ਵਰਕ ਹੋਇਆ ਵਿਆ ਪੈਚ ਲੱਗ ਕੇ, ਬਹੁਤ ਪਿਆਰਾ ਸੂਟ ਆ, ਬੇਬੀ ਪਿੰਕ 'ਚ ਉੱਪਰ ਪੈਚ ਲੱਗੇ ਹੋਏ ਨੇ ਇਹਦੇ 'ਤੇ, ਔਰ ਇਹਦੇ ਨਾਲ ਇਹ ਵਾਲਾ ਹੈਗਾ ਜੀ ਦੁਪੱਟਾ, ਬੇਬੀ ਪਿੰਕ ਹੀ ਦੁਪੱਟਾ ਇਹਦੇ 'ਤੇ ਇਹਦੇ ਨਾਲ, ਔਰ ਚਨੋਨ ਦਾ ਦੁਪੱਟਾ ਹੈ, ਆ ਲਓ ਪੂਰਾ ਐਨ ਖੁੱਲ੍ਹਾ ਡੁੱਲਾ, ਇਹਦੇ ਵਿੱਚ ਵੀ ਸਿੱਪੀ ਦਾ ਵਰਕ ਹੋਇਆ ਵਿਆ ਠੀਕ ਹੈ, ਪੂਰੇ ਦੁਪੱਟੇ ਵਿੱਚ ਸਿੱਪੀ ਵਰਕ ਹੋਇਆ ਵਿਆ, ਔਰ ਉੱਪਰ ਲੱਗਿਆ ਹੋਇਆ ਇਹਦੇ ਵਾਲਾ ਗੁੱਟੇ ਵਾਲੀ ਲੇਸ ਕਹਿ ਲਓ ਗੁੱਟਾ ਕਹਿ ਲਓ ਠੀਕ ਹੈ। ਲਓ ਪੂਰਾ ਵਧੀਆ ਦੁਪੱਟਾ, ਬਹੁਤ ਸੋਹਣਾ, ਸਾਰੇ ਦੁਪੱਟੇ 'ਤੇ ਸਿੱਪੀ ਦੀਆਂ ਲਾਈਨਾਂ ਪਈਆਂ ਹੋਈਆਂ ਨੇ, ਬਹੁਤ ਸਾਰਾ ਹੈਂਡ ਵਰਕ ਹੋਇਆ ਵਿਆ, ਔਰ ਪ੍ਰਾਈਸ ਰੇਂਜ ਸਿਰਫ 3000 ਰੁਪਏ, 3000 ਦੇ ਵਿੱਚ ਬਹੁਤ ਸੋਹਣਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜਾਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਲਓ ਜੀ ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਔਰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਤੁਹਾਨੂੰ ਸਾਡੀ ਕੁਲੈਕਸ਼ਨ ਕਿਹੋ ਜਿਹੀ ਲੱਗਦੀ ਹੈ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ, ਅਤੇ ਫਿਰ ਮਿਲਦੇ ਹਾਂ ਆਪਾਂ ਹੋਰ ਸੋਹਣੀ ਜਿਹੀ ਕੁਲੈਕਸ਼ਨ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।